ਦੋਸਤੋ ਇਸ ਵੇਲੇ ਦੀ ਵੱਡੀ ਖਬਰ ਦੇ ਨਾਲ ਤੁਹਾਨੂੰ ਜੋੜਦੇ ਆ ਇਸ ਫਿਲਮ ਦੀ ਤਰ੍ਹਾਂ ਕੀਤਾ ਗਿਆ ਸਿੱਧੂ ਮੂਸੇਵਾਲੇ ਦਾ ਕਤਲ ਲਾਰੈਂਸ ਬਿਸ਼ਨੋਈ ਨੇ ਹੱਥ ਜੋੜ ਆਪਣੀ ਗਲਤੀ ਮੰਨ ਲਈ ਹੈ ਦੱਸ ਦਿੱਤਾ ਹੈ ਅਸਲ ਸੱਚ ਦਰਸਲ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਨਵੇਂ ਮੋੜ ਵੀ ਆ ਚੁੱਕੇ ਨੇ ਤੇ ਸਿੱਧੂ ਨੂੰ ਕਿਵੇਂ-ਕਿਵੇਂ ਮਾਰਨ ਦੇ ਲਈ ਪਲੈਨਿੰਗਾਂ ਕੀਤੀਆਂ ਗਈਆਂ ਸੀ ਸਾਰੀਆਂ ਗੱਲਾਂ ਅੱਜ ਸਾਫ ਹੋ ਚੁੱਕੀਆਂ ਨੇ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਗਈਆਂ ਨੇ ਸੋ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਇੱਕ ਨਵਾਂ ਮੋੜ ਆਇਆ ਤੇ ਦਰਸਲ ਦੱਸਿਆ ਗਿਆ ਹੈ ਕਿ ਸਿੱਧੂ ਮੂਸੇਵਾਲੇ ਨੂੰ ਫਿਲਮੀ ਸਟਾਈਲ ਦੇ ਵਿੱਚ ਮਾਰਿਆ ਜਾਣਾ ਸੀ ਦਰਸਲ ਕਿਵੇਂ ਜਿਸ ਤਰ੍ਹਾਂ ਕਿ ਹੁਣ ਵੀ ਸਿੱਧੂ ਦਾ ਕਤਲ ਹੋਇਆ ਇੱਕ ਫਿਲਮੀ ਸਟਾਈਲ ਦੇ ਵਿੱਚ ਹੀ ਸਿੱਧੂ ਨੂੰ ਮਾਰਿਆ ਗਿਆ ਤੇ ਸਿੱਧੂ ਦੇ ਕਤਲ ਦੇ ਨਾਲ ਇੱਕ ਕਹਾਣੀ ਵੀ ਜੁੜ ਜਾਂਦੀ ਹੈ ਜਿਸ ਤਰ੍ਹਾਂ ਕਿ ਫਿਲਮਾਂ ਦੇ ਵਿੱਚ ਕਿਵੇਂ ਇੱਕ ਵਿਲਨ ਜਿਹੜੇ ਹੁੰਦੇ ਨੇ ਬੰਦੇ ਨੂੰ ਮਾਰਦੇ ਨੇ ਕਿਸ ਤਰ੍ਹਾਂ ਪਲੈਨਿੰਗ ਆ ਕੀਤੀਆਂ ਜਾਂਦੀਆਂ ਨੇ ਫਿਲਮਾਂ ਦੇ ਵਿੱਚ ਨਾਟਕਾਂ ਦੇ ਵਿੱਚ ਆਪਾਂ ਖੁਦ ਦੇਖ ਸਕਦੇ ਹਾਂ ਪਰ ਸਿੱਧੂ ਮੂਸੇਵਾਲੇ ਨੂੰ ਵੀ ਇੱਕ ਫਿਲਮਾਂ ਦੀ ਚੱਲਦੇ ਹੋਏ ਕਾਰਜਕਾਰੀ ਤੇ ਮਾਰਿਆ ਗਿਆ ਹੈ ਸਿੱਧੂ ਦਾ ਕਤਲ ਵੀ ਫ੍ਰੀ ਉਸੇ ਤਰ੍ਹਾਂ ਬਿਲਕੁਲ ਕੀਤਾ ਗਿਆ ਹੈ ਤੇ ਸਿੱਧੂ ਦੇ ਕਤਲ ਦੇ ਨਾਲ ਨਾਲ ਇੱਕ ਗੱਲ ਜਿਹੜੀ ਹੈ ਆਮ ਤੌਰ ਤੇ ਜੁੜ ਜਾਂਦੀ ਹੈ ਸਿੱਧੂ ਮੂਸੇਵਾਲੇ ਦਾ ਕਤਲ ਇੱਕ ਪਲਾਨ ਦੇ ਤਹਿਤ ਕੀਤਾ ਗਿਆ ਹੈ ਸਿੱਧੂ ਮੂਸੇਵਾਲੇ ਨੂੰ ਕਤਲ ਕੀਤਾ ਗਿਆ ਇੱਕ ਪਲਾਨ ਦੇ ਨਾਲ ਦਰਸਲ ਸਿੱਧੂ ਦਾ ਕਤਲ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋਇਆ ਹੈ ਤੇ ਜਿਵੇਂ ਗੱਲ ਕਰੀ ਜਾ ਰਹੀ ਹੈ ਕਿ ਫਿਲਮਾਂ ਦੇ ਵਿੱਚ ਫਿਲਮਾਂ ਦੀ ਨਕਲ ਦੇ ਨਾਲ ਸਿੱਧੂ ਨੂੰ ਮਾਰਿਆ ਗਿਆ ਇੱਕ ਫਿਲਮ ਦੀ ਜਿਹੜੀ ਸਟੋਰੀ ਸੀ ਇੱਥੇ ਕ੍ਰੀਏਟ ਕੀਤੀ ਗਈ ਹੈ ਸਾਊਥ ਫਿਲਮ ਦੀ ਸਟੋਰੀ ਉਸਤੇ ਚੱਲਦੇ ਆ ਸਿੱਧੂ ਦਾ ਕਤਲ ਕੀਤਾ ਗਿਆ ਹੈ ਲਾਰੈਂਸ ਬਿਸ਼ਨੋਈ ਨੇ ਦੱਸਿਆ ਹੈ ਕਿ ਸਿੱਧੂ ਮੂਸੇਵਾਲੇ ਨੂੰ ਜਿਸ ਤਰ੍ਹਾਂ ਰੇਕੀਆਂ ਕਰਵਾਈਆਂ ਗਈਆਂ ਉਸ ਦੀਆਂ ਕੇਕੜੇ ਦੇ ਵੱਲੋਂ ਨਿੱਕੂ ਤੇ ਕੇਸ਼ਵੋ ਦੇ ਵਿੱਚ ਸ਼ਾਮਲ ਰਹੇ ਤੇ ਸ਼ਾਰਪ ਸ਼ੂਟਰ ਪਹਿਲਾਂ ਹੀ ਹਾਰ ਕਰ ਦਿੱਤੇ ਗਏ ਸੀ ਔਰ ਲਗਾਤਾਰ 8 ਮਹੀਨੇ ਤੋਂ ਇਸ ਕਤਲ ਦੀ ਪਲੈਨਿੰਗ ਕੀਤੀ ਜਾ ਰਹੀ ਸੀ ਲਗਾਤਾਰ 8 ਮਹੀਨਿਆਂ ਤੋਂ ਪਲੈਨਿੰਗ ਤੋਂ ਬਾਅਦ ਇਹ ਕਤਲ ਕੀਤਾ ਗਿਆ ਸਹੀ ਮੌਕੇ ਦੀ ਤਲਾਸ਼ ਵਿੱਚ ਸੀ ਹਮਲਾਵਰ ਤੇ ਉਹਨਾਂ ਨੇ ਪਹਿਲੋ ਵੀ ਸਿੱਧੂ ਨੂੰ ਮਾਰਨ ਦੀ ਗੱਲ ਕਹੀ ਸੀ ਸੋ ਆਈ ਵੀ ਸੀ ਮਾਰਨ ਦੇ ਲਈ ਪਰ ਸਿੱਧੂ ਦਾ ਕਤਲ ਉਦੋਂ ਪੋਸੀਬਲ ਨਹੀਂ ਹੋ ਸਕਿਆ ਕਿਉਂਕਿ ਗਨਮੈਨ ਸੀ ਤੇ ਹਮਲਾਵਰ ਘుਰਾਗੇ ਸੀ ਇਸ ਕਰਕੇ ਉਹ ਉਥੋਂ ਚਲੇ ਗਏ ਸੀ ਘਾਤ ਲਗਾ ਕੇ ਤੇ ਬੈਠੇ ਹੋਏ ਸੀ ਪਰ ਸਿੱਧੂ ਦਾ ਕਤਲ ਉਸ ਵੇਲੇ ਨਹੀਂ ਹੋ ਪਾਇਆ ਸੀ ਜਿਵੇਂ ਕਿ ਸਿੱਧੂ ਦੇ ਕਤਲ ਦੇ ਨਾਲ ਕੁਝ ਗੱਲਾਂ ਬਾਤਾਂ ਵੀ ਜੁੜ ਜਾਂਦੀਆਂ ਨੇ ਸਿੱਧੂ ਮੂਸੇਵਾਲੇ ਦਾ ਕਤਲ ਇੱਕ ਪਲੈਨਿੰਗ ਦੇ ਨਾਲ ਹੁੰਦਾ ਹੈ ਸੋ ਸਿੱਧੂ ਨੂੰ 29 5 2022 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਤੇ ਸਿੱਧੂ ਦਾ ਕਤਲ ਇੱਕ ਫਿਲਮ ਦੀ ਸਟੋਰੀ ਦੇ ਵਾਂਗ ਹੁੰਦਾ ਹੈ ਜਿਸ ਤਰ੍ਹਾਂ ਕੇਕੜਾ ਖਬਰ ਦਿੰਦਾ ਹੈ ਸ਼ਾਰਪ ਸ਼ੂਟਰਾਂ ਨੂੰ ਤੇ ਸ਼ਾਰਪ ਸ਼ੂਟਰ ਗੱਡੀਆਂ ਲੈ ਕੇ ਮਗਰ ਹੋ ਜਾਂਦੇ ਨੇ ਕਰੋਲਾ ਕਾਰ ਤੇ ਬਲੇਰੋ ਗੱਡੀ ਨੂੰ ਲੈ ਕੇ ਉਸ ਤੋਂ ਬਾਅਦ ਸਿੱਧੂ ਦਾ ਜਿਹੜਾ ਕਾਫਲਾ ਜਿਹੜਾ ਪਿੱਛਾ ਕਰਦਾ ਹੈ ਕਈ ਬੰਦੇ ਜਿਹੜੇ ਪਿੱਛਾ ਕਰਦੇ ਨੇ ਔਰ ਸੋਰਮ ਮਹਾਕਾਲ ਵਰਗੇ ਜਿਹੜੇ ਸਿੱਧੂ ਦੇ ਬਿਲਕੁਲ ਐਨ ਸਾਹਮਣੇ ਜਾ ਕੇ ਕਰੋਲਾ ਕਾਰ ਦੇ ਵਿੱਚੋਂ ਨਿਕਲ ਕੇ ਫਾਇਰਿੰਗ ਸ਼ੁਰੂ ਕਰ ਦਿੰਦੇ ਨੇ ਕਿਤੇ ਪਿੰਡ ਜ਼ਵਾਹਰ ਕੇ ਜਿਹੜਾ ਕਿ ਮਾਨਸਾ ਹਲਕੇ ਦਾ ਪਿੰਡ ਹੈ ਉੱਥੇ ਸਿੱਧੂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਉਸ ਤੋਂ ਬਾਅਦ ਕਤਲ ਕਰਨ ਤੋਂ ਬਾਅਦ ਹਮਲਾਵਰ ਬੜੇ ਆਰਾਮ ਦੇ ਨਾਲ ਉੱਥੋਂ ਨਿਕਲ ਜਾਂਦੇ ਨੇ ਬੜੇ ਆਰਾਮ ਦੇ ਨਾਲ ਬਰਨਾਲੇ ਵੱਲ ਨੂੰ ਚਲੇ ਜਾਂਦੇ ਨੇ ਸੋ ਜਿਸ ਤਰ੍ਹਾਂ ਦੱਸਿਆ ਗਿਆ ਹੈ ਕਿ ਸਿੱਧੂ ਨੂੰ ਮਾਰਨ ਦੇ ਲਈ ਕੁਝ ਪਲੈਨਿੰਗਾਂ ਕੀਤੀਆਂ ਗਈਆਂ ਸੀ ਖਾਸ ਤੌਰ ਤੇ ਸਿੱਧੂ ਦੇ ਜਿਵੇਂ ਪਲਾਨਿੰਗਾਂ ਕੀਤੀਆਂ ਸੀ ਇੱਕ ਤੇ ਟਰੱਕ ਦੇ ਨਾਲ ਮਾਰਿਆ ਜਾਣਾ ਸੀ ਰੋਡ ਹਾਦਸੇ ਦੇ ਵਿੱਚ ਸਿੱਧੂ ਨੂੰ ਇੱਕ ਟਰੱਕ ਡਰਾਈਵਰ ਵੀ ਪਟ ਲਿਆ ਗਿਆ ਸੀ ਇਸ ਕੰਮ ਦੇ ਵਿੱਚ 20 ਲੱਖ ਦੀ ਪੇਸ਼ਕੀ ਉਹਨੂੰ ਦੇ ਦਿੱਤੀ ਗਈ ਸੀ ਉਸ ਤੋਂ ਬਾਅਦ ਉਹ ਪਲਾਨ ਫਲॉप ਕਰਨਾ ਪੈ ਗਿਆ ਦੂਸਰਾ ਕਾਰਨ ਸੀ ਕਿ ਸਿੱਧੂ ਨੂੰ ਗੋਲੀ ਨਾਲ ਮਾਰਨਾ ਸੀ 27 ਤਰੀਕ ਨੂੰ ਹੀ ਕਾਤਲ ਜਿਹੜੇ ਮਾਨਸਾ ਦੇ ਵਿੱਚ ਪਹੁੰਚ ਗਏ ਸੀ ਸਿੱਧੂ ਨੂੰ ਮਾਰਨ ਦੇ ਲਈ ਪਰ ਸਹੀ ਸਮਾਂ ਨਹੀਂ ਸੀ ਲੱਗ ਰਿਹਾ ਤੇ ਸਿੱਧੂ ਨੂੰ 29 ਤਰੀਕ ਨੂੰ ਮਾਰਨ ਦੀ ਪਲੈਨਿੰਗ ਉਦੋਂ ਕਾਮਯਾਬ ਹੋ ਗਈ ਜਦੋਂ ਕੇਕੜੇ ਨੇ ਇਨਫੋਰਮੇਸ਼ਨ ਦਿੱਤੀ ਕਿ ਸਿੱਧੂ ਅੱਜ ਘਰ ਤੋਂ ਇਕੱਲਾ ਨਿਕਲਿਆ ਵਿਦਆਊਟ ਗਨਮੈਨ ਤੇ ਵਿਦਆਊਟ ਬੁਲਟ ਪ੍ਰੂਫ ਗੱਡੀ ਦੇ ਉਸ ਦਿਨ ਕੰਮ ਉਹਨਾਂ ਦਾ ਆਸਾਨ ਹੋ ਗਿਆ ਪਰ ਇੱਕ ਗੱਲ ਕਹੀ ਜਾ ਰਹੀ ਹੈ ਕਿ ਸਿੱਧੂ ਜੇਕਰ 29 ਤਰੀਕ ਨੂੰ ਬਾਹਰ ਨਾ ਨਿਕਲਦਾ ਤਾਂ ਸਿੱਧੂ ਮੂਸੇਵਾਲੇ ਦਾ ਕਤਲ ਜਿਹੜਾ ਸੀ ਉਸ ਦਿਨ ਕੀਤਾ ਜਾਣਾ ਸੀ ਸਿੱਧੂ ਦਾ ਕਤਲ ਜਿਵੇਂ ਕਿ ਸਿੱਧੂ ਮੂਸੇਵਾਲੇ ਦਾ ਕਤਲ ਉਸ ਦਿਨ ਕੀਤਾ ਜਾਣਾ ਸੀ ਜਿਸ ਦਿਨ ਜੇ ਉਸ ਦਿਨ ਨਾ ਕੀਤਾ ਜਾਂਦਾ ਤਾ ਫਿਰ ਉਹਦਾ ਕਤਲ ਉਸ ਦਿਨ ਘਰੇ ਜਾ ਕੇ ਕੀਤਾ ਜਾਣਾ ਸੀ ਘਰੇ ਜਾ ਕੇ ਕਤਲ ਕੀਤਾ ਜਾਣਾ ਸੀ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦੇਣਾ ਸੀ ਘਰੇ ਕੋਈ ਵੀ ਹੁੰਦਾ ਤਾਂ ਉਹਨੂੰ ਗੋਲੀਆਂ ਦੇ ਨਾਲ ਭੁੰਨ ਦੇਣ ਦੀ ਪਲਾਨਿੰਗ ਬਣਾਈ ਹੋਈ ਸੀ ਤੇ ਚੌਥਾ ਪਲਾਨ ਇਹ ਸੀ ਕਿ ਸਿੱਧੂ ਨੂੰ ਹੈਂਡ ਗ੍ਰੇਨੇਡ ਦੇ ਨਾਲ ਬੰਬ ਸੱਟ ਕੇ ਮਾਰਨਾ ਸੀ ਉਹਦੇ ਨਾਲ ਕੋਈ ਵੀ ਹੋਵੇ ਕੋਈ ਫਰਕ ਨਹੀਂ ਪੈਂਦਾ ਪਰ ਸਿੱਧੂ ਨੂੰ ਮਾਰਨਾ ਬੜਾ ਜ਼ਰੂਰੀ ਬਣ ਗਿਆ ਸੀ ਇਹ ਗੱਲਾਂ ਕਹਿਆਂ ਜਾ ਰਹੀਆਂ ਨੇ ਸੋ ਇਹਦੇ ਵਿੱਚ ਪੰਜਵੀਂ ਪਲਾਨਿੰਗ ਵੀ ਸ਼ਾਮਲ ਕੀਤੀ ਗਈ ਹੈ ਸਿੱਧੂ ਮੂਸੇਵਾਲੇ ਨੂੰ ਮਾਰਨ ਦੇ ਲਈ ਉਹ ਪਲਾਨਿੰਗ ਕੀਤੀ ਸੀ ਕਿ ਨਕਲੀ ਵਰਦੀ ਪੁਲਿਸ ਦੀ ਪਾ ਕੇ ਸਿੱਧੂ ਦੇ ਜਾ ਕੇ ਕੋਲ ਦਾਖਲ ਹੋਣ ਦੀ ਜ਼ਿੰਮੇਵਾਰੀ ਸੀ ਉਸ ਤੋਂ ਬਾਅਦ ਸਿੱਧੂ ਨੂੰ ਗੋਲੀਆਂ ਨਾਲ ਭੁੰਨ ਕੇ ਉੱਥੋਂ ਸਹੀ ਸਲਾਮਤ ਨਿਕਲਣ ਦੀ ਗੱਲ ਵੀ ਕੀਤੀ ਜਾ ਰਹੀ ਸੀ ਪੁਲਿਸ ਦੀ ਵਰਦੀ ਪਾ ਕੇ ਇਨਕੁਆਇਰੀ ਰੇਸ਼ਨ ਤੇ ਘਰੇ ਜਾਣਾ ਸੀ ਘਰੇ ਜਾ ਕੇ ਸਿੱਧੂ ਦੇ ਗੱਲਬਾਤ ਕਰਦੇ ਤੇ ਗੋਲੀਆਂ ਨਾਲ ਮਾਰ ਕੇ ਸਿੱਧੂ ਨੂੰ ਵਾਪਸ ਪਰਤ ਆਉਂਦੇ ਉਸ ਤੋਂ ਬਾਅਦ ਪਲਾਨਿੰਗ ਇੱਕ ਹੋਰ ਵੀ ਕੀਤੀ ਗਈ ਸੀ ਇਸ ਦੇ ਵਿੱਚ ਕਿ ਸਿੱਧੂ ਦੇ ਸੁਰੱਖਿਆ ਕਰਮੀਆਂ ਨੂੰ ਬਾਹਰ ਰੱਖਿਆ ਜਾਵੇ ਉਹਨਾਂ ਨੂੰ ਗਿਡਨਾਪ ਕੀਤਾ ਜਾਵੇ ਤੇ ਉਹਦੇ ਸੁਰੱਖਿਆ ਕਰਮੀਆਂ ਦੀ ਵਰਦੀ ਪਾ ਕੇ ਘਰ 'ਚ ਦਾਖਲ ਹੋਣਾ ਤੇ ਸਿੱਧੂ ਨੂੰ ਗੋਲੀਆਂ ਮਾਰ ਕੇ ਉਥੋਂ ਵਾਪਸ ਆ ਜਾਣਾ ਤੇ ਸੁਰੱਖਿਆ ਕਰਮੀਆਂ ਨੂੰ ਬਾਅਦ ਵਿੱਚ ਰੀਲੀਜ਼ ਕਰ ਦੇਣਾ ਭਾਵ ਕਿ ਉਹਨਾਂ ਨੂੰ ਛੱਡ ਦੇਣਾ ਇਹ ਪਲਾਨਿੰਗਾਂ ਜਿਹੜੀਆਂ ਸੀ ਬਣਾਈਆਂ ਗਈਆਂ ਸੀ ਇਹਨਾਂ ਪਲਾਨਿੰਗਾਂ ਦੇ ਤਹਿਤ ਸਿੱਧੂ ਦਾ ਕਤਲ ਹੋਣਾ ਸੀ ਸਿੱਧੂ ਮੂਸੇਵਾਲੇ ਦੇ ਮਾਰਨ ਦੇ ਲਈ ਇਹ ਪਲਾਨਿੰਗਾਂ ਕੀਤੀਆਂ ਗਈਆਂ ਸੀ ਪਰ ਫਿਲਹਾਲ ਇਸ ਵੇਲੇ ਦੀ ਵੱਡੀ ਖਬਰ ਜੁੜ ਰਹੀ ਹੈ ਸਿੱਧੂ ਮੂਸੇਵਾਲੇ ਦੇ ਕਾਤਲਾਂ ਦੇ ਨਾਲ ਜਿਵੇਂ ਕਿ ਇੱਕ ਪੁਲਿਸ ਨੂੰ ਵੱਡੀ ਕਾਮਯਾਬੀ ਇਸ ਕੇਸ ਦੇ ਵਿੱਚ حاصل ਹੋਈ ਹੈ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੂੰ ਜਿਹੜੇ ਜਿਨ੍ਹਾਂ ਨੇ ਕਤਲ ਕੀਤਾ ਉਸ ਕਤਲ ਕੇਸ ਦੇ ਵਿੱਚ ਇੱਕ ਜ਼ਰੂਰ ਫੁਟੇਜ ਵੀ ਮਿਲੀ ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦੇ ਫਰਾਰ ਮੁਲਾਜ਼ਮਾ ਮੁਲਜ਼ਮਾ ਨੂੰ ਫੜਨ ਦੇ ਲਈ ਪੰਜਾਬ ਪੁਲਿਸ ਦੇ ਮੁਲਾਜ਼ਮ ਦਿਨ ਰਾਤ ਕੰਮ ਕਰ ਰਹੇ ਨੇ ਇਸੇ ਦੌਰਾਨ ਸ਼ੁੱਕਰਵਾਰ ਨੂੰ ਲੁਧਿਆਣਾ ਪੁਲਿਸ ਦੀ ਟੀਮ ਡੱਬ ਵਾਲੀ ਸਰਹੱਦ ਨਾਲ ਲੱਗਦੇ ਇੱਕ ਪੈਟਰੋਲ ਪੰਪ ਤੇ ਜਾਂਚ ਕਰਨ ਲਈ ਬਠਿੰਡਾ ਪੁੱਜਦੇ ਨੇ ਪੁਲਿਸ ਟੀਮ ਨੇ ਪੈਟਰੋਲ ਪੰਪ ਦੀ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਲੁਧਿਆਣਾ ਪੁਲਿਸ ਇੱਕ ਫੋਰਚੂਨਰ ਗੱਡੀ ਦੀ ਭਾਲ ਵੀ ਕਰ ਰਹੀ ਹੈ ਜੋ ਰਾਤ ਸਮੇਂ ਇੱਕ ਪੈਟਰੋਲ ਪੰਪ ਤੇ ਡੀਜ਼ਲ ਪਰਵਾਉਂਦੀ ਵੇਖੀ ਗਈ ਸੀ ਸੂਤਰਾਂ ਅਨੁਸਾਰ ਲੁਧਿਆਣਾ ਪੁਲਿਸ ਵੱਲੋਂ ਤਲਾਸ਼ੀ ਲਈ ਜਾ ਰਹੀ ਫੋਰਚੂਨਰ ਗੱਡੀ ਵਿੱਚ ਸਵਾਰ ਚਾਰ ਵਿਅਕਤੀ 19 ਮਈ ਨੂੰ ਰਾਤ ਸਮੇਂ ਡੱਬ ਵਾਲੀ ਸਰਹੱਦ ਨਾਲ ਲੱਗਦੇ ਪੈਟਰੋਲ ਪੰਪ ਤੇ ਡੀਜ਼ਲ ਪਰਵਾਉਣ ਦੇ ਲਈ ਪੁੱਜੇ ਸੀ ਸੂਤਰਾਂ ਨੇ ਦੱਸਿਆ ਕਿ ਪੁਲਿਸ ਨੂੰ ਸ਼ੱਕ ਹੈ ਕਿ ਗੱਡੀ 'ਚ ਸਵਾਰ ਲੋਕਾਂ ਨੇ ਹੀ ਸਿੱਧੂ ਦਾ ਕਤਲ ਕੀਤਾ ਹੈ ਦੋਸ਼ੀਆਂ ਨੂੰ ਹਥਿਆਰ ਵੀ ਮਹਈਆ ਇਹਨਾਂ ਲੋਕਾਂ ਨੇ ਹੀ ਕਰਵਾਏ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਲਾਰੈਂਸ ਦੇ ਕਰੀਬੀ ਬਲਦੇਵ ਚੌਧਰੀ ਨੂੰ ਹਥਿਆਰ ਸਪਲਾਈ ਕਰਨ ਵਾਲੇ ਇੱਕ ਮੁਲਜ਼ਮ ਨੂੰ ਕਮਿਸ਼ਨਰ ਰੇਟ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਸ ਸੀਆਈਏ 2 ਦੀ ਜਾਂਚ ਟੀਮ ਜਿਹੜੀ ਹੈ ਜਾਂਚ ਕਰ ਰਹੀ ਹੈ ਕਿ ਬਲਦੇਵ ਚੌਧਰੀ ਕੋਲ ਹਥਿਆਰ ਕਿੱਥੋਂ ਆਏ ਇਸ ਦੌਰਾਨ ਉਸ ਨੂੰ ਕਾਬੂ ਕਰ ਲਿਆ ਗਿਆ ਪੁਲਿਸ ਮੁਲਜ਼ਮ ਦੀ ਪਛਾਣ ਜਿਹੜੀ ਹੈ ਪਟਿਆਲਾ ਦੇ ਪਾਰਸੋਂ ਇਲਾਕੇ ਦੇ ਰਹਿਣ ਵਾਲੇ ਜਸਕਰਨ ਸਿੰਘ ਉਰਫ ਕਰਨ ਵੱਜੋਂ ਹੋ ਚੁੱਕੀ ਹੈ ਪੁਲਿਸ ਨੇ ਇਲਜ਼ਾਮ ਜਿਹੜਾ ਇਹ ਜਿਹੜਾ ਲਾ ਕੇ ਮੁਲਜ਼ਮ ਦੇ ਉੱਪਰ ਕੇਸ ਜਿਹੜਾ ਦਰਜ ਕਰ ਲਿਆ ਉਸ ਦੇ ਖਿਲਾਫ ਕੇਸ ਦਰਜ ਹੋ ਚੁੱਕਿਆ ਹੈ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ 2 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਦੇ ਲਈ ਜੁਟੀ ਹੋਈ ਹੈ ਸੀਆਈਏ 2 ਦੇ ਜਾਂਚ ਇੰਚਾਰ ਇਨਸਪੈਕਟਰ ਜੁਨੀਜਾ ਬਯੰਤ ਜੁਨੀਜਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਪੁਲਿਸ ਦੇ ਬਲਦੇਵ ਚੌਧਰੀ ਉਰਫ ਬੱਲੂ ਨੂੰ ਗ੍ਰਿਫਤਾਰ ਕੀਤਾ ਸੀ ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ ਹਥਿਆਰ ਬਰਾਮਦ ਵੀ ਕੀਤੇ ਸੀ ਉਸ ਦੇ ਇੱਕ ਸਾਥੀ ਅੰਕਿਤ ਸ਼ਰਮਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮਲਜ਼ਮ ਗੈਂਗਸਟਰ ਲਾਰੈਂਸ ਦਾ ਕਰੀਬੀ ਸਾਥੀ ਅਤੇ ਉਸ ਦੇ ਨਾਲ ਪੜਦਾ ਸੀ ਜਸਕਰਨ ਕਿਸ ਕਿਸ ਸਮੇਂ ਕਬੱਡੀ ਦਾ ਚੰਗਾ ਖਿਡਾਰੀ ਮੰਨਿਆ ਜਾਂਦਾ ਹੈ ਵਿਦੇਸ਼ 'ਚ ਬੈਠੇ ਗੈਂਗਸਟਰ 골ਡੀ ਬਰਾਡ ਦੇ ਨਾਲ ਬਲਦੇਵ ਚੌਧਰੀ ਨੂੰ ਹਥਿਆਰ ਪਹੁੰਚਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਪੁਲਿਸ ਅਨੁਸਾਰ ਮੁਲਜ਼ਮ ਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਹੈ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਦੋਸ਼ੀ ਗੋਲਡੀ ਬਰਾੜ ਦੇ ਸੰਪਰਕ ਵਿੱਚ ਕਿਵੇਂ ਆਏ ਅਤੇ ਬਲਦੇਵ ਚੌਧਰੀ ਉਹ ਹਥਿਆਰ ਸਪਲਾਈ ਕਰਨ ਲਈ ਇੱਕ ਦੂਜੇ ਦੇ ਸੰਪਰਕ ਵਿੱਚ ਕਿਵੇਂ ਆਏ ਨੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ